हाँ जी, सत श्री अकाल सारिआं नूं। चैनल ते तुहाडा बहुत बहुत स्वागत है। बहुत ही सत्कारयोग इकताली कार सिलेक्टर साथीओ, सारिआं नूं प्यार भरी सत श्री अकाल। मैं संदीप गिल, इकताली कार मास्टर केडर यूनियन। हाँ जी साथीओ, खास करके एक दो दिनों तो साथी ने जिहड़े ओह बहुत ज़्यादा टेंशन दे विच ने कि स्टेशन चॉइस आ जिहड़ी ओह हले तक जिहड़ी हैगी आ ओह नहीं दित्ती गई। ਤਾਂ ਸਾਥੀਓ, ਪਹਿਲੀ ਗੱਲ ਕਿ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਵੋ, ਬਿਲਕੁਲ ਵੀ ਪੈਨਿਕ ਨਾ ਹੋਵੋ, ਕਿਉਂਕਿ ਜਦੋਂ ਆਪਾਂ ਇੱਥੇ ਤੱਕ ਪਹੁੰਚ ਗਏ ਕਿ ਆਪਾਂ ਅਪਾਇੰਟਮੈਂਟ ਲੈਟਰਸ ਆਪਣੇ ਲੈ ਲਏ, ਤਾਂ ਅੱਗੇ ਸਟੇਸ਼ਨ ਚੋਇਸ ਆ ਜਿਹੜੀ ਉਹ ਵੀ ਆਪਾਂ ਨੂੰ ਮਿਲ ਹੀ ਜਾਣੀ ਆ। ਸੋ ਠੀਕ ਹੈ, ਆਪਾਂ ਨੂੰ ਸਾਰਿਆਂ ਨੂੰ ਚਿੰਤਾ, ਮੈਂ ਵੀ ਤੁਹਾਡੇ ਵਿੱਚ ਹਾਂ ਕਿ ਆਪਾਂ ਨੂੰ ਇਹ ਹੈਗਾ ਕਿ ਛੇਤੀ ਤੋਂ ਛੇਤੀ ਆਪਾਂ ਸਕੂਲਾਂ ਦੇ ਵਿੱਚ ਜਾਈਏ ਅਤੇ ਭਰਤੀ ਆ ਜਿਹੜੀ ਉਹ ਪੂਰੀ ਤਰ੍ਹਾਂ ਕੰਪਲੀਟ ਹੋ ਜਾਏ। ਸੋ ਸਾਥੀਓ, 2 ਦਿਨ ਪਹਿਲਾਂ ਡਿਪਾਰਟਮੈਂਟ ਗੱਲ ਵੀ ਹੋਈ ਸੀ, DPI ਆਫਿਸ ਵੀ ਗੱਲ ਹੋਈ ਸੀ ਅਤੇ ਭਰਤੀ ਬੋਰਡ ਵੀ ਗੱਲ ਹੋਈ ਸੀ, ਜਿੱਥੋਂ ਇਹੀ ਗੱਲ ਨਿਕਲ ਕੇ ਆਈ ਆ ਕਿ ਵਿਦਹੈਲਡ ਜੋ ਕੈਂਡੀਡੇਟਸ ਵਿਦਹੈਲਡ ਨੇਗੇ, ਉਹਨਾਂ ਕਰਕੇ ਜਿਹੜਾ ਸਟੇਸ਼ਨ ਚੋਇਸ ਆ ਜਿਹੜਾ ਦਾ ਪ੍ਰੋਸੈਸ ਆ ਜਿਹੜਾ ਉਹ ਲੇਟ ਹੋ ਰਿਹਾ। ਸੋ ਡਿਪਾਰਟਮੈਂਟ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਛੇਤੀ ਤੋਂ ਛੇਤੀ ਜਿਹੜੇ ਵਿਦਹੈਲਡ ਵਾਲਾ ਜੋ ਇਸ਼ੂ ਹੈਗਾ ਗਾ ਉਹਨੂੰ ਸੋਲਵ ਕੀਤਾ ਜਾਵੇ ਅਤੇ ਸਟੇਸ਼ਨ ਚੋਇਸ ਆ ਜਿਹੜੀ ਦੇ ਦਿੱਤੀ ਜਾਵੇ। ਸਾਥੀਓ, ਤੁਹਾਨੂੰ ਵੀ ਪਤਾ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਬੜਾ ਲੰਬਾ ਪ੍ਰੋਸੈਸ ਆ ਜਿਹੜਾ ਭਰਤੀ ਦਾ ਆਪਣੀ ਦਾ ਰਿਹਾ ਕਿ ਕਿੱਥੋਂ ਆਪਾਂ ਚੱਲੇ ਸੀਗੇ, ਅਤੇ ਅੱਜ ਆਪਾਂ 99% ਜਿਹੜਾ ਆਪਣਾ ਕੰਮ ਆ ਉਹ ਕੰਪਲੀਟ ਹੋ ਚੁੱਕਿਆ। ਆਪਾਂ ਨੂੰ ਸਿਰਫ ਸਟੇਸ਼ਨ ਚੋਇਸ ਵਾਲੀ ਜਿਹੜਾ ਪ੍ਰੋਸੈਸ ਹੈਗਾ ਬਸ ਉਹੀ ਪੈਂਡਿੰਗ ਪਿਆ, ਬਾਕੀ ਸਾਰਾ ਕੁਛ ਆਪਣਾ ਕੰਪਲੀਟ ਹੈ। ਅਤੇ ਇਸ ਲਈ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਵੋ, ਪੈਨਿਕ ਨਾ ਹੋਵੋ, ਕਿਉਂਕਿ ਆਪਾਂ ਜਿੱਥੋਂ ਚੱਲੇ ਸੀਗੇ ਬਿਲਕੁਲ ਜ਼ੀਰੋ ਤੋਂ ਸਟਾਰਟ ਕੀਤਾ ਸੀ ਅਤੇ ਅੱਜ ਆਪਾਂ 99% ਜਿਹੜਾ ਆਪਣਾ ਕੰਮ ਆ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਹੈਗਾ। ਸੋ ਇਸ ਗੱਲ ਨੂੰ ਵੀ ਤੁਸੀਂ ਪੋਜ਼ੀਟਿਵ ਤਰੀਕੇ ਨਾਲ ਲਿਆ ਕਰੋ। ਠੀਕ ਹੈ ਕਿ ਦਿਨ ਕਾਫੀ ਲੰਘ ਚੁੱਕੇ ਨੇ, ਪਰ ਉਹਦਾ ਇੱਕ ਰੀਜ਼ਨ ਹੈ ਕਿਉਂਕਿ ਵਿਦਹੈਲਡ ਵਾਲੇ ਜਿਹੜੇ ਸਾਥੀ ਨੇ ਉਹ ਵੀ ਆਪਣੇ ਹੀ ਸਾਥੀ ਨੇ। ਹਾਂ, ਕੁਝ ਸਾਥੀਆਂ ਨੂੰ ਲੱਗਦਾ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਦੇ ਦਿੱਤੇ ਜਾਣ, ਤਾਂ ਸਾਥੀਓ ਜਿੰਨਾ ਕੁ ਪਤਾ ਲੱਗਿਆ ਕਿ ਉਹਨਾਂ ਨੂੰ ਆਪਣੇ ਨਾਲ ਹੀ ਜਿਹੜਾ ਹੈਗਾ ਉਹ ਜੁਆਇਨ ਕਰਵਾਉਣਾ ਗਾ, ਕਿਉਂਕਿ ਇਹਦੇ ਵਿੱਚ ਕੁਛ ਇੱਕ ਦੋ ਲੀਗਲ ਜਿਹੜੀਆਂ ਹੈਗੀਆਂ ਨੇ ਗੱਲਾਂ ਬਾਤਾਂ ਉਹ ਵੀ ਵਿੱਚ ਆ ਰਹੀਆਂ ਨੇ। ਸੋ ਜਿਸ ਕਰਕੇ ਜਿਹੜਾ ਹੈਗਾ ਗਾ ਪ੍ਰੋਸੈਸ ਆ ਜਿਹੜਾ ਥੋੜ੍ਹਾ ਡਿਲੇ ਹੋ ਰਿਹਾ। ਅਤੇ ਸਾਥੀਓ, ਅਗਲੀ ਗੱਲ, ਕੁਛ ਸਾਥੀਆਂ ਦੇ ਸੁਝਾਅ ਆ ਰਹੇ ਸੀਗੇ, ਕਿਉਂਕਿ ਸੁਭਾਵਿਕ ਹੀ ਆ ਕਿ ਜਦੋਂ ਆਪਾਂ ਸੋਚਾਂਗੇ ਵਾਰ ਵਾਰ ਕਿ ਸਟੇਸ਼ਨ ਚੋਇਸ ਨਹੀਂ ਮਿਲ ਰਹੀ, ਤਾਂ ਆਪਾਂ ਹੋਰ ਹੀਲੇ ਵਸੀਲੇ ਵਰਤਣ ਦੀ ਜਿਹੜੀ ਗੱਲ ਹੈ ਜਿਹੜੀ ਆਪਣੇ ਦਿਮਾਗ ਦੇ ਵਿੱਚ ਆਊਗੀ ਕਿ ਆਪਾਂ ਨੂੰ ਕੋਈ ਪ੍ਰੋਟੈਸਟ ਕਰਨਾ ਚਾਹੀਦਾ ਜਾਂ ਆਪਾਂ ਨੂੰ ਕੋਈ ਧਰਨਾ ਲਗਾਉਣਾ ਚਾਹੀਦਾ। ਸੋ ਸਾਥੀਓ, ਇਹਦੇ ਵਿੱਚ ਆਪਾਂ ਬਿਲਕੁਲ ਵੀ ਕਾਹਲ ਨਹੀਂ ਕਰਨੀ, ਬਿਲਕੁਲ ਵੀ ਆਪਾਂ ਨੂੰ ਫਿਲਹਾਲ ਅੱਜ ਦੀ ਘੜੀ ਆਪਾਂ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਕਿ ਆਪਾਂ ਕੋਈ ਧਰਨਾ ਲਗਾਈਏ ਜਾਂ ਕੋਈ ਪ੍ਰੋਟੈਸਟ ਕਰੀਏ ਆਪਾਂ, ਕਿਉਂਕਿ ਡਿਪਾਰਟਮੈਂਟ ਪੂਰੀ ਤਰ੍ਹਾਂ ਸਹਿਰਦ ਹੈ ਕਿ ਛੇਤੀ ਤੋਂ ਛੇਤੀ 41 ਘਾਟ ਭਰਤੀ ਆ ਜਿਹੜੀ ਉਹਨੂੰ ਕੰਪਲੀਟ ਕੀਤਾ ਜਾਵੇ। ਠੀਕ ਆ, ਆਪਾਂ ਨੂੰ ਲੱਗਦਾ ਕਿ ਡਿਲੇ ਆ, ਡਿਲੇ ਹੋ ਰਿਹਾ ਹੈਗਾ, ਆਪਣੇ ਮਨ ਦੇ ਵਿੱਚ ਇਹ ਗੱਲ ਆਉਂਦੀ ਆ, ਪਰ ਜੋ ਗੱਲਾਂ ਬਾਤਾਂ ਆਪਾਂ ਨੂੰ ਪਤਾ ਲੱਗੀਆਂ ਨੇ ਵਿਦਹੈਲਡ ਵਾਲੀਆਂ, ਤਾਂ ਉਹਦੇ ਕਰਕੇ ਜਿਹੜਾ ਡਿਲੇ ਆ ਜਿਹੜਾ ਹੋ ਰਿਹਾ। ਸੋ ਇੱਥੇ ਤੱਕ ਆਪਾਂ ਪਹੁੰਚ ਗਏ ਤਾਂ ਹੁਣ 1% ਕੰਮ ਰਹਿ ਗਿਆ, ਉਹ ਵੀ ਬਹੁਤ ਛੇਤੀ ਹੋ ਜਾਣਾ। ਅਤੇ ਉਮੀਦ ਹੈ ਫੈਬ ਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਗਾ ਕਿ ਆਪਾਂ ਸਕੂਲਾਂ ਦੇ ਵਿੱਚ ਹੋਵਾਂਗੇ। ਫੈਬ ਦੇ ਫਸਟ ਵੀਕ ਪੂਰੀ ਉਮੀਦ ਹੈ ਕਿ ਆਪਣਾ ਸਟੇਸ਼ਨ ਚੋਇਸ ਆ ਜਿਹੜਾ ਉਹ ਆਪਾਂ ਨੂੰ ਮਿਲ ਜਾਵੇਗੀ। ਸੋ ਇੱਕ ਇਹ ਗੱਲ ਸੀਗੀ ਕਿ ਕੁਝ ਸਾਥੀਆਂ ਨੂੰ ਲੱਗਦਾ ਜਾਂ ਗਰੁੱਪਸ ਦੇ ਵਿੱਚ ਡਿਸਕਸ਼ਨ ਹੁੰਦੀ ਹੈ ਕਿ ਅਪ੍ਰੈਲ ਦੇ ਵਿੱਚ ਆਪਣਾ ਜਿਹੜਾ ਨਵੇਂ ਸੈਸ਼ਨ ਦੇ ਉੱਪਰ 41 ਘਾਟ ਆ ਜਿਹੜੀ ਉਹ ਸਟੇਸ਼ਨ ਚੋਇਸ ਉਦੋਂ ਮਿਲਣੇ ਆ ਜਾਂ ਉਦੋਂ ਪ੍ਰੋਸੈਸ ਆ ਜਿਹੜਾ ਕੰਪਲੀਟ ਹੋਊਗਾ। ਸੋ ਸਾਥੀਓ, ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ। ਔਰ ਅਗਲੀ ਗੱਲ, ਕੁਝ ਸਾਥੀਆਂ ਨੂੰ ਇਹ ਵੀ ਲੱਗਦਾ ਹੈ ਕਿ ਕੋਈ ਕੋਰਟ ਕੇਸ ਦਾ ਸ਼ਾਇਦ ਕੋਈ ਇਫੈਕਟ ਹੈ ਜਾਂ ਕੋਈ ਟ੍ਰਾਂਸਫਰਸ ਦਾ ਜਿਹੜਾ ਹੈਗਾ ਆਪਣੀ ਭਰਤੀ ਉੱਪਰ ਇਫੈਕਟ ਹੈ, ਤਾਂ ਅੱਜ ਦੀ ਡੇਟ ਦੇ ਵਿੱਚ ਸਾਥੀਓ ਇਸ ਤਰ੍ਹਾਂ ਦਾ ਕੋਈ ਵੀ ਇਫੈਕਟ ਆ ਜਿਹੜਾ ਨਾ ਕੋਈ ਕੋਰਟ ਕੇਸ ਵਾਲਾ ਇਫੈਕਟ ਹੈਗਾ ਭਰਤੀ ਦੇ ਉੱਪਰ, ਅਤੇ ਨਾ ਹੀ ਕੋਈ ਟ੍ਰਾਂਸਫਰਸ ਵਾਲਾ ਇਫੈਕਟ ਹੈਗਾ। ਸੋ ਇੱਕੋ ਇੱਕ ਰੀਜ਼ਨ ਸੀਗਾ ਆਪਣਾ ਵਿਦਹੈਲਡ ਵਾਲਾ। ਸੋ ਬਿਲਕੁਲ ਵੀ ਤੁਸੀਂ ਟੈਨਸ਼ਨ ਨਾ ਲਓ। ਅਤੇ ਅਗਲੀ ਗੱਲ, ਹੁਣ ਜਿਹੜੇ ਆਪਣੇ ਸਾਥੀ ਵੇਟਿੰਗ ਦੇ ਵਿੱਚ ਬੈਠੇ ਨੇ, ਅਤੇ ਉਹਨਾਂ ਨੂੰ ਵੀ ਬੜੀ ਟੈਨਸ਼ਨ ਹੋ ਰਹੀ ਆ ਕਿ ਸਾਡੀ ਲਿਸਟ ਕਦੋਂ ਪਵੇਗੀ ਅਤੇ ਸਾਨੂੰ ਅਪੁਆਇੰਟਮੈਂਟ ਲੈਟਰ ਕਦੋਂ ਮਿਲਣਗੇ। ਤਾਂ ਸਾਥੀਓ, ਜਦੋਂ ਪਿਛਲੇ ਸਮੇਂ ਮੈਂ ਡਿਪਾਰਟਮੈਂਟ ਗਿਆ ਸੀਗਾ ਤਾਂ ਉੱਥੋਂ ਇਹੀ ਜਾਣਕਾਰੀ ਸੀਗੀ ਕਿ ਪਹਿਲਾਂ ਜੋ ਫਸਟ ਜਿਨ੍ਹਾਂ ਨੂੰ ਅਪੁਆਇੰਟਮੈਂਟ ਲੈਟਰਸ ਮਿਲੇ ਨੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜਣ ਤੋਂ ਬਾਅਦ ਸੈਕਿੰਡ ਲਿਸਟ ਵਾਲੇ ਜਿਹੜੇ ਸਾਥੀ ਨੇ ਆਪਣੇ ਜੋ ਆਪਣੀ ਵੇਟਿੰਗ ਦੇ ਵਿੱਚ ਬੈਠੇ ਨੇ
ਉਹਨਾਂ ਨੂੰ ਹੈਗਾ ਜਿਹੜਾ ਉਹ ਆਪਾਂ ਨੂੰ ਲੈਟਰ ਦਿੱਤੇ ਜਾਣਗੇ, ਮਤਲਬ ਅਗਲਾ ਪ੍ਰੋਸੈਸ ਜਿਹੜਾ ਜੁਆਇਨਿੰਗ ਤੋਂ ਬਾਅਦ ਫਸਟ ਲਿਸਟ ਵਾਲਿਆਂ ਦੀ ਉਹ ਜਿਹੜਾ ਸ਼ੁਰੂ ਹੋਵੇਗਾ। ਸੋ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ, ਕਿਉਂਕਿ ਵੇਟਿੰਗ ਵਾਲੇ ਸਾਥੀ ਨੇ ਜਿਹੜੇ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਜਿਹੜੇ ਉਹ ਜ਼ਰੂਰ ਲੱਗਣਗੇ, ਕਿਉਂਕਿ ਡਿਪਾਰਟਮੈਂਟ ਨੇ ਵੇਟਿੰਗ ਵਾਲੀ ਜਿਹੜੀ ਲਿਸਟਾਂ ਪਾਈਆਂ ਨੇਗੀਆਂ ਤਾਂ ਕੁਝ ਸੋਚ ਸਮਝ ਕੇ ਪਾਈਆਂ ਨੇ। ਅਤੇ ਹਾਂ, ਆਪਾਂ ਨੂੰ ਲੱਗਦਾ ਵੀ ਚਲੋ ਡਿਲੇ ਹੋ ਰਿਹਾ ਹੈਗਾ, ਪਰ ਉਹ ਆਪਣੇ ਪ੍ਰੋਸੈਸ ਦੇ ਹਿਸਾਬ ਨਾਲ ਸਟੈਪ ਬਾਏ ਸਟੈਪ ਆ ਜਿਹੜਾ ਡਿਪਾਰਟਮੈਂਟ ਉਹ ਚੱਲ ਰਿਹਾ ਹੈਗਾ। ਸੋ ਸਾਥੀਓ, ਅੰਤ ਦੇ ਵਿੱਚ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਬਿਲਕੁਲ ਵੀ ਤੁਸੀਂ ਕਿਸੇ ਵੀ ਕਿਸਮ ਦੀ ਟੈਨਸ਼ਨ ਨਾ ਲਵੋ, ਬਿਲਕੁਲ ਵੀ ਪੈਨਿਕ ਨਾ ਹੋਵੋ। ਠੀਕ ਆ, ਪੇਸ਼ੈਂਸ ਬਣਾ ਕੇ ਰੱਖਣਾ ਬਹੁਤ ਔਖਾ ਹੁੰਦਾ ਹਰ ਇੱਕ ਦੇ ਲਈ, ਕਿਉਂਕਿ ਆਪਾਂ ਨੂੰ ਇਹ ਹੁੰਦਾ ਕਿ ਬਹੁਤ ਔਖੇ ਪੜਾਵਾਂ ਦੇ ਵਿੱਚੋਂ ਆਪਾਂ ਲੰਘੇ ਹਾਂ, ਅਤੇ ਆਪਾਂ ਨੂੰ ਹੁੰਦਾ ਹੀ ਆ, ਸੁਭਾਵਿਕ ਹੀ ਆ ਕਿ ਆਪਾਂ ਛੇਤੀ ਤੋਂ ਛੇਤੀ ਜਿਹੜਾ ਹੈਗਾ ਸਕੂਲਾਂ ਵਿੱਚ ਜਾਈਏ ਅਤੇ ਹਾਜ਼ਰੀ ਰਜਿਸਟਰ ਦੇ ਉੱਪਰ ਆਪਾਂ ਸਾਈਨ ਕਰੀਏ, ਅਤੇ ਜਦੋਂ ਆਪਾਂ ਮੰਨਾਂਗੇ ਕਿ ਹਾਂ ਵੀ ਆਪਣੀ ਭਰਤੀ ਆ ਜਿਹੜੀ ਕੰਪਲੀਟ ਹੋ ਗਈ ਆ। ਪਰ ਇਸ ਗੱਲ ਦੇ ਵਿੱਚ ਵੀ ਸੱਚਾਈ ਆ ਕਿ 99% ਜਿਹੜਾ ਆਪਣਾ ਕੰਮ ਆ ਉਹ ਕੰਪਲੀਟ ਹੋ ਚੁੱਕਿਆ, ਅਤੇ ਅੱਗੇ ਜਿਹੜਾ 1% ਹੈ ਉਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਛੇਤੀ ਹੀ ਆਪਣਾ ਪੂਰਾ ਹੋ ਜਾਣਾ, ਛੇਤੀ ਹੀ ਆਪਾਂ ਨੂੰ ਸਟੇਸ਼ਨ ਚੁਆਇਸ ਆ ਜਿਹੜੀ ਉਹ ਮਿਲੇਗੀ। ਅਤੇ ਆਉਣ ਵਾਲੇ ਅਗਲੇ ਹਫ਼ਤੇ ਦੇ ਵਿੱਚ ਆਪਾਂ ਡਿਪਾਰਟਮੈਂਟ ਦੁਆਰਾ ਜਾ ਕੇ ਜਿਹੜਾ ਹੈਗਾ ਰਾਬਤਾ ਬਣਾਵਾਂਗੇ, ਅਤੇ ਜੋ ਵੀ ਅਪਡੇਟ ਆਪਾਂ ਨੂੰ ਮਿਲੂਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਉਂਕਿ ਇਸ ਹਫ਼ਤੇ ਦੀ ਇਹੀ ਅਪਡੇਟ ਸੀਗੀ ਕਿ ਵਿਦਹੈਲਡ ਕਰਕੇ ਜਿਹੜਾ ਹੈਗਾ ਸਟੇਸ਼ਨ ਚੁਆਇਸ ਵਾਲਾ ਜਿਹੜਾ ਹੈਗਾ ਉਹ ਲੇਟ ਹੋ ਰਿਹਾ ਹੈਗਾ। ਹੋਰ ਕੋਈ ਵੀ ਰੀਜ਼ਨ ਨਹੀਂ ਹੈਗਾ ਕਿਸੇ ਵੀ ਕਿਸਮ ਦਾ ਜਿਸ ਕਰਕੇ ਆਪਣੀ ਭਰਤੀ ਆ ਜਿਹੜੀ ਉਹ ਲੇਟ ਹੋ ਰਹੀ ਆ। ਸੋ ਸਾਰੇ ਭੈਣਾਂ ਭਰਾਵਾਂ ਨੂੰ ਰਿਕੁਐਸਟ ਹੈ ਕਿ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ, ਬਿਲਕੁਲ ਵੀ ਪੈਨਿਕ ਨਹੀਂ ਹੋਣਾ, ਅਤੇ ਬਹੁਤ ਜਲਦ ਆਪਣੀ ਜਿਹੜੀ ਭਰਤੀ ਆ ਉਹ ਕੰਪਲੀਟ ਹੋ ਜਾਣੀ ਆ। ਤੁਸੀਂ ਬਿਲਕੁਲ ਨਿਸ਼ਚਿੰਤ ਰਹੋ, ਅਗਰ ਕੋਈ ਵੀ ਨੈਗੇਟਿਵ ਗੱਲ ਆਪਾਂ ਨੂੰ ਲੱਗੂਗੀ ਜਾਂ ਅਗਰ ਕੋਈ ਵੀ ਆਪਾਂ ਨੂੰ ਅੱਗੇ ਅਗਰ ਆਪਾਂ ਨੂੰ ਲੱਗਦਾ ਕਿ ਪ੍ਰੋਸੈਸ ਡਿਲੇ ਹੋ ਰਿਹਾ ਜਾਂ ਜਾਣ ਬੁੱਝ ਕੇ ਡਿਲੇ ਕੀਤਾ ਜਾ ਰਿਹਾ, ਤਾਂ ਫਿਰ ਉਹ ਜੀ ਆਪਾਂ ਅੱਗੇ ਪਲੈਨਿੰਗ ਹੈ ਜਿਹੜੀ ਉਹ ਕਰ ਲਵਾਂਗੇ। ਵੈਸੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਮੈਨੂੰ ਉਮੀਦ ਜਿਹੜੀ ਉਹ ਕਰ ਲਵਾਂਗੇ ਵੈਸੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਮੈਨੂੰ ਉਮੀਦ ਆ ਵੀ ਨਹੀਂ ਹੋਵੇਗੀ, ਕਿਉਂਕਿ ਜੋ ਡਿਪਾਰਟਮੈਂਟ ਆ ਉਹ ਵੀ ਇਸ ਗੱਲ ਲਈ ਜਿਹੜਾ ਹੈਗਾ ਗਾ ਉਹ ਯਤਨਸ਼ੀਲ ਹੈ ਕਿ ਛੇਤੀ ਤੋਂ ਛੇਤੀ ਜਿਹੜੀ ਆਪਣੀ ਭਰਤੀ ਆ ਉਹ ਕੰਪਲੀਟ ਹੋ ਜਾਵੇ, ਸਟੇਸ਼ਨ ਚੁਆਇਸ ਵਾਲਾ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਕੀਤਾ ਜਾ ਸਕੇ। ਸੋ ਸਾਥੀਓ, ਆਸਵੰਦ ਰਹੋ, ਬਿਲਕੁਲ ਪੇਸ਼ੈਂਸ ਬਣਾ ਕੇ ਰੱਖੋ, ਹੌਸਲੇ ਦੇ ਵਿੱਚ ਰਹੋ। ਅਪਾਇੰਟਮੈਂਟ ਲੈਟਰਸ ਆਪਾਂ ਲੈ ਚੁੱਕੇ ਹਾਂ ਅਤੇ ਬਹੁਤ ਛੇਤੀ ਆਪਾਂ ਸਕੂਲਾਂ ਦੇ ਵਿੱਚ ਜਾ ਰਹੇ ਹਾਂ, ਵਾਹਿਗੁਰੂ ਕਿਰਪਾ ਕਰੂਗਾ, ਛੇਤੀ ਹੀ ਆਪਾਂ ਸਕੂਲਾਂ ਦੇ ਵਿੱਚ ਜਾਵਾਂਗੇ। ਹੌਸਲੇ ਬੁਲੰਦ ਰੱਖਣੇ ਨੇ ਪੂਰੇ, ਕਿਸੇ ਕਿਸਮ ਦੀ ਜਿਹੜੀ ਹੈਗੀ ਆ ਚਿੰਤਾ ਨਹੀਂ ਕਰਨੀ ਜਾਂ ਕਿਸੇ ਵੀ ਕਿਸਮ ਦੀ ਅਫਵਾਹ ਦੇ ਵਿੱਚ ਨਹੀਂ ਆਉਣਾ। ਠੀਕ ਹੈ, ਜੋ ਵੀ ਅੱਗੇ ਵੀ ਜੋ ਵੀ ਜਿਵੇਂ ਵੀ ਹੋਊਗਾ ਤੁਹਾਨੂੰ ਜਿਹੜਾ ਹੈਗਾ ਉਹ ਅਪਡੇਟ ਆ ਜਿਹੜਾ ਉਹ ਕਰ ਦਿੱਤਾ ਜਾਊਗਾ ਸਾਥੀਓ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ, ਜੈ ਜਨਤਾ ਜੈ ਸੰਘਰਸ਼। ਜਿਹੜੇ ਜਿਹੜੇ ਸਾਥੀ ਪਹਿਲੀ ਵਾਰੀ ਚੈਨਲ 'ਤੇ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਮਾਸਟਰ ਕੇਡਰ 41 ਕਾਰਡ ਦੀ ਹਰ ਇੱਕ ਨਵੀਂ ਅਪਡੇਟ ਇੱਥੇ ਮਿਲ ਸਕੇ। ਥੈਂਕ ਯੂ ਸੋ ਮੱਚ।